ਦੇਖੋ ਜੀ ਦਰਖਤਾਂ ਦੀ ਕਿਸ ਤਰ੍ਹਾਂ ਕਤਾਰ ਲੱਗੀ ਹੋਈ ਕਿੰਨੇ ਦਰਖਤ ਉੱਗੇ ਹੋਏ ਨੇ ਦਰਖਤ ਉਗਾਓ ਔਰ ਮੁਲਕ ਨੂੰ ਖੂਬਸੂਰਤ ਔਰ ਸਰਸਬਜ਼ ਬਣਾਓ ਬਾਕੀ ਹੈਗੇ ਨੇ ਜੀ ਸ਼ਿਸ਼ਮ ਦੇ ਦਰਖਤ ਆ ਸ਼ਿਸ਼ਮ ਦਾ ਦਰਖਤ ਤੇ ਦੇਖੋ ਹੰਟੇਨੀਆ ਕੱਢ ਰਿਹਾ ਹੈ ਆ ਇਹਦੇ ਨਾਲ ਇੱਕ ਦਰਖਤ ਹੈਗਾ ਇਹਨੂੰ ਅਸੀਂ ਕਹਿੰਦੇ ਆ ਜੀ ਸਿੰਬਲ ਇਦੀ ਖੈਰ ਲੱਕੜੀ ਬਾਲਣ ਬੁਲਣ ਦੇ ਕੰਮ ਆਂਦੀ ਏ ਬਹੁਤ ਜ਼ਿਆਦਾ ਅੱਛੀ ਨਹੀਂ ਹੁੰਦੀ لیکن ਜਿਹੜਾ ਸ਼ੀਸ਼ਮ ਦਾ ਦਰਖਤ ਹੈ ਅਸੀਂ ਇਹਨੂੰ ਟਾਲੀ ਵੀ ਕਹਿੰਦੇ ਆ ਇਹ ਬਹੁਤ ਹੀ ਮਜ਼ਬੂਤ ਲੱਕੜੀ ਹੁੰਦੀ ਆ ਦੇਖੋ ਜਿਹੜੇ ਪਸੰਦ ਫਰਮਾਉਂਦੇ ਨੇ ਸ਼ੀਸ਼ਮ ਦੀ ਲੱਕੜੀ ਔਰ ਉਹਦੀ ਮਤਲਬ ਲੰਬੀ ਲੰਬੀ ਗੇਲੀ ਆ ਦੇਖੋ ਕਾਫੀ ਅੱਛੀ ਹੈ ਔਰ ਬਿਲਕੁਲ ਤਕਰੀਬਨ ਸਿੱਧੀ ਹੈ ਕਾਫੀ ਲੰਬੀ ਗੇਲੀ ਹੈ